ਇਹਦੇ ਵਿੱਚ ਜੀ ਸਾਢੇ 11 ਵਜੇ ਸੰਦੀਪ ਥਾਪਰ ਹੈ, ਜਿਹੜੇ ਉਹਨਾਂ ਦੇ ਕੁਛ 3 ਅਨਨੋਨ ਬੰਦਿਆਂ ਨੇ ਤਲਵਾਰ ਨਾਲ ਜਿਹੜਾ ਉਹਨਾਂ ਦੇ ਵਾਰ ਕੀਤੇ ਸੀ, ਜਿਹਦੇ ਨਾਲ ਉਹ ਇੰਜਰਡ ਹੋਏ ਸੀ, ਅਤੇ ਉਹ ਜੇਰੇ ਇਲਾਜ DMC ਹੋਸਪਿਟਲ ਹੈ। ਤਾਂ ਉਹਨਾਂ ਦੀ ਜਿਹੜੀ ਡਾਕਟਰਾਂ ਨਾਲ ਅਸੀਂ ਡਿਸਕਸ ਕੀਤਾ, ਜਿਹੜਾ ਠੀਕ ਹੈ ਅਤੇ ਆਊਟ ਆਫ ਡੇਂਜਰ ਹੈ। ਅਤੇ ਇਹਦੇ ਵਿੱਚ ਅਸੀਂ ਆਲਰੇਡੀ ਅਟੈਂਪਟ ਟੂ ਮਰਡਰ ਮੁਕੱਦਮਾ ਦਰਜ ਕਰ ਲਿਆ DA No. 2, ਅਤੇ ਜਿਹੜੇ ਅਨਨੋਨ ਬੰਦੇ ਆ ਉਹ ਅਸੀਂ ਆਈਡੈਂਟੀਫਾਈ ਕਰ ਲਏ, ਅਤੇ ਸਾਡੀ ਪੁਲਿਸ ਪਾਰਟੀਆਂ ਗਈਆਂ ਅਤੇ ਅਸੀਂ ਜਲਦ ਗ੍ਰਿਫਤਾਰ ਕਰ ਲਏ। 3 ਬੰਦੇ ਹੀ ਵੀਡੀਓ ਦੇ ਵਿੱਚ ਆਏ ਔਰ 3 ਆਈਡੈਂਟੀਫਾਈ ਕਰ ਲਏ ਡਿਊਰਿੰਗ ਇਨਵੈਸਟੀਗੇਸ਼ਨ। ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜੇਕਰ ਕਿਸੇ ਹੋਰ ਦੀ ਬਿਹਾਈਂਡ ਕੋਈ ਇਨਵੋਲਵਮੈਂਟ ਹੋਏਗੀ ਉਹਨਾਂ ਦੇ ਖਿਲਾਫ ਵੀ ਕਾਰਵਾਈ। ਨਹੀਂ, ਹਜੇ ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਾਂਗੇ, ਜਦੋਂ ਕਰਾਂਗੇ ਤੁਹਾਨੂੰ ਪ੍ਰੈਸ ਬ੍ਰੀਫਿੰਗ ਮੇਰੀ। ਸਾਰੇ ਜਿਹੜੇ ਲੀਡਰ ਸਾਹਿਬਾਨ ਹੈ ਸਾਡੇ, ਅਸੀਂ ਰੋਜ਼ ਉਹਨਾਂ ਨਾਲ ਰਾਬਤੇ 'ਚ ਰਹਿੰਦੇ ਹਾਂ, ਉਹਨਾਂ ਨਾਲ ਸਾਰਿਆਂ ਨਾਲ ਗੱਲ ਹੋਈ ਹੈ। ਤਾਂ ਉਹਨਾਂ ਨੂੰ ਸਾਰੇ ਪੁਲਿਸ ਨੇ ਜੋ ਜੋ ਕਰ ਰਿਹਾ ਜੋ ਕਰ ਰਹੇ ਉਹਦੇ ਬਾਰੇ ਸਾਰਾ ਕਰਾਇਆ, ਉਹ ਸੈਟਿਸਫਾਈਡ ਹੈ। ਮੈਨੂੰ ਉਮੀਦ ਹੈ ਇਹਦੀ ਗੱਲ ਨਹੀਂ ਕਰ ਦੇਖੋ, ਅਸੀਂ ਸਾਰੀ ਵੀਡੀਓ ਨੂੰ ਇਨਵੈਸਟੀਗੇਸ਼ਨ ਨੂੰ ਜਿੱਥੇ ਜਿੱਥੇ ਚਾਹੇ ਉਹ ਨਾਲ ਸਿਕਿਉਰਿਟੀ ਮੁਲਾਜ਼ਮ ਹੈ, ਜੇ ਉਹਦੀ ਕੋਈ ਡਿਊਟੀ 'ਚ ਕੋਤਾਹੀ ਵੀ ਦਿਖੂਗੀ ਤਾਂ ਯੋਗ ਕਰਦੇ ਹਾਂ, ਅਸੀਂ ਆਈਡੈਂਟੀਫਾਈ ਕਰਨਾ। ਦੇਖੋ ਬੜੇ ਹਾਲਾਤ ਖਰਾਬ ਨੇ, ਵੀ ਸਰੇਆਮ ਜਿਹੜਾ ਹੈ ਤਲਵਾਰਾਂ ਨਾਲ ਹਮਲਾ ਕਰਨਾ ਔਰ ਗਨਮੈਨ ਦਾ ਉਹਦੀ ਸਿਕਿਉਰਿਟੀ ਦੇ ਵਿੱਚ ਫੇਲਓਵਰ ਹੋਣਾ, ਇਹ ਦੂਸਰੀ ਘਟਨਾ ਹੈ ਔਰ ਇਹ ਘਟਨਾ ਦੀ ਸਖਤੀ ਨਾਲ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ਪੁਲਿਸ ਦੇ ਜਵਾਨ ਜਿਹੜੇ ਆ ਹਮਲੇ ਦੇ ਦੌਰਾਨ ਸੂਰੀ ਦੀ ਸਿਕਿਉਰਿਟੀ ਦੇ ਵਿੱਚ ਵੀ ਚੁੱਕ ਗਏ ਸੀ, ਬੋਰਾ ਥਾਪਰ ਦੇ ਵੀ ਸਿਕਿਉਰਿਟੀ 'ਚ ਚੁੱਕ ਗਏ ਸੀਗੇ, ਅਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ। ਔਰ ਖਾਸ ਕਰਕੇ ਜਿਹੜੇ ਅੱਤਵਾਦੀ ਵਿਚਾਰਧਾਰਾ ਦੇ ਲੋਕ, ਖਾਲਿਸਤਾਨੀ ਵਿਚਾਰਧਾਰਾ ਦੇ ਲੋਕ ਜਿਹੜਾ ਉਹ ਨਿਹੰਗਾਂ ਦੇ ਪੇਸ 'ਚ ਆਏ ਸੀ, ਉਹਨਾਂ ਦੇ ਵੀ ਸਖਤੀ ਨਾਲ ਜਾਂਚ ਕਰਕੇ ਪਿਛੋਕੜ ਪਤਾ ਕਰਨਾ ਚਾਹੀਦਾ। ਔਰ ਪੰਜਾਬ ਪੁਲਿਸ ਦਾ ਜਿਹੜਾ ਫੇਲਓਵਰ ਹੈ ਇਹ ਬੜਾ ਅਫਸੋਸਨਾਕ। ਮੈਨੂੰ ਇਹਦੇ ਬਾਰੇ ਜਾਣਕਾਰੀ ਨੀ ਵੀ ਪੰਜਾਬ ਬੰਦ ਹੈ ਕਿ ਲੁਧਿਆਣਾ ਬੰਦ ਹੈ, ਇਹ ਰਾਜੀਵ ਟੰਡਨ ਜੀ ਨੇ ਸਟੇਟਮੈਂਟ ਦਿੱਤੀ। ਅਜੇ ਹਿੰਦੂ ਸੰਗਠਨ ਦੀ ਆਪਸ 'ਚ ਗੱਲਬਾਤ ਨਹੀਂ ਹੋਈ ਹੈ, ਅਗਰ ਕੋਈ ਬੰਦ ਦੀ ਕਾਲ ਹੋਏਗੀ ਲੁਧਿਆਣਾ ਦੀ ਤਾਂ ਸਾਡੀ ਪਾਰਟੀ ਉਹਦਾ ਸਮਰਥਨ ਕਰੇ। ਨਹੀਂ ਅਜੇ ਤਾਂ ਮੈਂ ਆਈ ਹਾਂ, ਅਜੇ ਮੈਂ ਮਿਲਣਾ ਹੈ ਤੇ ਮੇਰੀ ਅਜੇ ਕਿਸੇ ਨਾਲ ਗੱਲਬਾਤ। ਹਾਂ ਬਿਲਕੁਲ, ਇਹ ਘਟਨਾ ਦੇ ਵਿਰੋਧ 'ਚ ਅਸੀਂ ਪੂਰਾ ਸਾਥ ਦਾਂਗੇ। ਐਲਾਨ ਤੋਂ ਪਹਿਲਾਂ ਤਾਂ ਮੇਰੀ ਮਨ 'ਚ ਹੈ ਖਾਲਿਸਤਾਨ 'ਚ ਬੈਠੇ ਹਾਂ, ਸਾਡਾ ਪੰਜਾਬ ਖਾਲਿਸਤਾਨ ਦਾ ਰੂਪ ਧਾਰਨ ਕਰ ਚੁੱਕਾ। ਅਸੀਂ ਤਾਂ 1984 ਵਾਲੇ ਹਾਲਾਤ ਦੇਖ ਰਹੇ ਹਾਂ ਕਿ ਸਰੇਆਮ AK-47 ਨਾਲ ਲੈ ਕੇ ਹਿੰਦੂਆਂ ਨੂੰ ਕੱਢ ਕੱਢ ਕੇ ਘਰਾਂ 'ਚੋਂ ਬੱਸਾਂ 'ਚੋਂ ਮਾਰਿਆ ਜਾਂਦਾ ਸੀ, ਉਹੀ ਹਾਲਾਤ ਹੁਣ ਦੇਖ ਰਹੇ ਹਾਂ ਕਿ ਗੋਰੇ ਥਾਪਰ ਨੂੰ, ਸੰਦੀਪ ਥਾਪਰ ਜਿਹੜਾ ਹਿੰਦੂਤਵ ਦੀ ਗੱਲ ਕਰਦਾ, ਜਿਹੜਾ ਪੰਜਾਬ ਦੇ ਹਿੱਤ ਦੀ ਗੱਲ ਕਰਦਾ, ਜਿਹੜਾ ਦੇਸ਼ ਹਿੱਤ ਦੀ ਗੱਲ ਕਰਦਾ, ਉਹਨੂੰ ਸਰੇਆਮ ਉਹਦੇ ਗਣਮੈਨ ਦੀ ਮੌਜੂਦਗੀ ਦੇ ਵਿੱਚ ਕਿਰਪਾਨਾਂ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਡਿਸੀਜਨ ਬਿਲਕੁਲ, ਮੈਂ ਤਾਂ ਬਿਲਕੁਲ ਸਾਫ਼ ਕਹਿ ਰਿਹਾ, ਅਸੀਂ ਖੜੇ ਕੀਤੇ ਗੱਲ, ਹਾਲਾਤ ਕੀ ਨੇ, ਹਾਲਾਤ ਸਮਝਣ ਦੀ ਗੱਲ ਹੈ। ਪੰਜਾਬ ਪੁਲਿਸ ਗੋਰਾ ਥਾਪਰ ਦੀ ਥ੍ਰੈਟ ਨੂੰ ਦੇਖਦੇ ਹੋਏ ਉਹਨੂੰ ਸੁਰੱਖਿਆ ਦੇ ਦਿੰਦੀ ਹੈ, ਗੋਰਾ ਥਾਪਰ ਨੂੰ ਦੇਖਦੇ ਹੋਏ ਉਹਨੂੰ ਸੁਰੱਖਿਆ ਦੇਣੀ, ਜਦੋਂ ਮਨ ਚਾਹੁੰਦਾ ਉਹਦੀ ਸੁਰੱਖਿਆ ਵਾਪਸ ਲੈ ਲਿੱਤੀ ਜਾਂਦੀ ਹੈ। ਗੁੱਤਾ ਹੀ ਪਹਿਲਾਂ ਉਹਦੇ ਕੋਲ 2 ਗਣਮੈਨ, ਪਹਿਲਾਂ ਉਹਦੇ ਕੋਲ 2 ਗਣਮੈਨ, ਬਾਅਦ 'ਚ ਡੀਲ ਕੀਤਾ ਉਹਦੀ ਸੁਰੱਖਿਆ ਵਾਪਸ ਲੈ ਕੇ ਉਹਨੂੰ 1 ਦੇ ਦਿੱਤਾ। 1 ਗਣਮੈਨ ਵੀ ਲਗਾਤਾਰ 5 ਵਾਰੀ ਕਦੀ ਆ ਰਿਹਾ ਕਦੀ ਜਾ ਰਿਹਾ, ਕਦੀ ਆ ਰਿਹਾ ਕਦੀ ਜਾ ਰਿਹਾ, ਅਖਬਾਰ ਦੀ ਸੁਰੱਖਿਆ ਦਾ ਬਣ ਰਿਹਾ ਮੈਸੇਜ ਕਿ ਗੋਰਾ ਥਾਪਰ ਦੀ ਸੁਰੱਖਿਆ ਵਾਪਸ। ਜੋ ਹਾਲਾਤ ਦੇਖੇ ਗਏ ਨੇ ਸਿਵਲ ਸੂਬੇ ਬਾਹਰ, ਕਿ ਪ੍ਰੋਪਰ ਰੈਕੀ ਕਰਨ ਤੋਂ ਬਾਅਦ
ਸੰਦੀਪ ਥਾਪਰ ਗੋਰੇ ਦੇ ਨਿਸ਼ਾਨਾ ਬਣਾਇਆ ਗਿਆ। ਗੋਰੇ ਥਾਪਰ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮਤਲਬ ਮੈਂ ਤਾਂ ਗੱਲ ਕਹਾਂਗਾ, ਜਿਹੜਾ ਜੈ ਸ਼੍ਰੀ ਰਾਮ ਦੀ ਗੱਲ ਕਰੇ, ਜਿਹੜਾ ਹਰ ਹਰ ਮਹਾਦੇਵ ਦੀ ਗੱਲ ਕਰੇ, ਉਹ ਸਾਡੇ ਪੁਲਿਸ ਸਟੇਸ਼ਨ ਸਾਹਿਬ ਨੂੰ ਪਸੰਦ ਹੀ ਨਹੀਂ ਹੈ। ਨਫ਼ਰਤ ਕਰਦੇ ਨੇ ਜਿਹੜਾ ਜੈ ਸ਼੍ਰੀ ਰਾਮ ਦੀ ਗੱਲ ਕਰਦਾ। ਉਹਨਾਂ ਨੇ ਚਾਰ ਮਹੀਨੇ ਪਹਿਲਾਂ ਹੀ ਗੱਲ ਪ੍ਰੈਸ ਕੀਤੀ ਸੀਗੀ ਵੀ ਕੀ ਪਤਾ ਵੀ ਸਾਡੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਆ ਕੱਟੜਵਾਦੀਆਂ ਨੇ ਅੱਤਵਾਦੀਆਂ ਨੇ ਕਹਿ ਦੇਣਾ ਵੀ ਗੋਰਾ ਥਾਪਰ ਨਹੀਂ ਮਾਰਨਾ, ਤਾਂ ਹੀ ਉਹਦੀ ਸਿਕਸ਼ਾ ਚੱਕੀ ਸੀਗੀ ਵੀ ਜੋ ਕਹਿ ਰਹੇ ਨੇ ਉਹਨੂੰ ਉੱਤੇ ਸਾਹਮਣੇ ਦਿਖਦੀ ਤੁਸੀਂ ਬਿਲਕੁਲ। ਲੁਧਿਆਣੇ ਦੇ ਸਾਰੇ ਸੰਗਠਨਾਂ ਨੇ, ਪੰਜਾਬ ਦੇ ਸਾਰੇ ਸੰਗਠਨਾਂ ਨੇ ਇੱਕੋ ਹੀ ਗੱਲ ਕੀਤੀ ਹੈ, ਜਿਹੜੇ ਸਾਰੇ ਪਿਆਰ ਕਰਦੇ ਨੇ ਪੰਜਾਬ ਨੂੰ ਵੀ ਕੱਲ ਲੁਧਿਆਣਾ ਬੰਦ ਹੋ ਗਿਆ ਸਵੇਰੇ 10 ਤੋਂ ਲੈ ਕੇ ਸ਼ਾਮ ਤੱਕ। ਗੋਰਾ ਥਾਪਰ ਜੀ ਨਾਲ ਚੱਲਣਗੇ ਜੀ, ਨਾਲ ਇੱਕ ਗੱਲ ਵੀ ਕਲੀਅਰ ਹੈ ਵੀ ਗੋਰਾ ਥਾਪਰ ਜੀ ਨਾਲ ਚੱਲਣਗੇ, ਬੈੱਡ ਤੇ ਪਵਾ ਕੇ ਪੂਰੇ ਲੁਧਿਆਣੇ ਸ਼ਹਿਰ ਸੀਰੀਅਸ ਨੇ ਪ੍ਰੈਸ਼ਨ ਚੱਲ ਰਿਹਾ। ਪਰ ਫਿਰ ਵੀ ਉਹ ਕਹਿ ਰਹੇ ਨੇ ਕਿ ਜਦੋਂ ਕੱਲ ਲੁਧਿਆਣਾ ਤੁਸੀਂ ਬੰਦ ਕਰਾਉਣਾ, ਮੈਂ ਘੰਟਾ ਘੱਟ ਤੁਹਾਡੇ ਨਾਲ ਮੰਜੇ ਤੇ ਬੈਠ ਕੇ ਨਾਲ ਚੱਲਣਾ, ਅਸੀਂ ਮੋਢੇ ਬਿਠਾ ਕੇ ਲੈ ਕੇ ਚੱਲਾਂਗੇ 10 ਇਕੱਠੇ।